एक बार फिर स्वागत है थोड़ा जे एस सोही ब्लॉग से। अज आप नवे ब्लॉग की शुरुआत करने हैं क्योंकि अपनी भतीजी का है वीजा कैनेडा का, तो उसके बारे जब दसांगे भी शॉपिंग कई कुड़ियां कन्फ्यूज होंदे ने जिहड़ियां कि कैनेडा विच जांदियां ने, वह कहंदे ने भी किहड़ी चीज़ लैनी आ, वह फिर अपनी सहेलियां तो पुछदियां ने कदे अपने फ्रेंड्स तो जां किसी तो भी, फिर कन्फ्यूज होंदा। तो तुहानू सारी शॉपिंग दिखावांगे, ठीक है, क्लीयर गल है। तो इहदा हैगा नवां चैनल, किहड़ा चैनल दा नाम की है, उधर भी कट्ठा पूरा दूजे कमरे च, फिर बाद दिखावांगे ब्याह दा माहौल। आ कहना मैं भी ब्याह करवाना है, निकी जी मंगनी कर देनी, इहदी निकी जी मंगनी कर देनी है। एडजस्टमेंट जी कर लिए, हां हुण लोट आ रहा काम नाले कैमरे ते, हां हुण सही है ना, हुण ठीक है। सो इधर भी बैठे ने भाई, इधर इधर भी गल, उधर भी दिखाने जाके शॉपिंग दिखावांगे की आ, दस देना क्या क्या करना है, फिर अपलोड कर देंगे। चलो ठीक है, ओके बाद च मिलदे हां, बस परमिशन दे दियो, क्या क्या से दियो तो फिर बाद च मिलदे हां, स्टे ट्यून, ओके। मान देख लो ਤੁਸੀਂ ਹੁਣ ਤੁਸੀਂ ਬਸ ਸਾਰੀ ਕੁੜੀ ਦੇ ਕੇ, ਸਾਰੀ ਕੁੜੀਆਂ ਹੀ ਲੈ ਕੇ ਜਾਂਦੀਆਂ ਨੇ, ਕੀ ਆ ਦੱਸ ਵੀ, ਸਭ ਤੋਂ ਪਹਿਲਾਂ ਇਥੋਂ ਸਟਾਰਟ ਕਰ, ਦੋ ਟਰੈਕ ਸੂਟ ਠੀਕ ਹੈ, ਤੇ ਲੋਅਰਸ ਇੱਕ ਸਰਦੀ ਵਾਲੀਆਂ, ਤਿੰਨ ਕਿ ਚਾਰ ਨੇ, ਫੋਰ ਨੇਗੇ ਵਿਦ ਟਰੈਕ ਸੂਟ, ਫੋਰ ਵਿਦ ਟਰੈਕ ਸੂਟ। ਅੱਗੇ ਇਹ ਹੈਗੇ ਨੇ ਤੇਰੇ ਟੌਪ ਨਾ, ਯੂ ਨੋ ਨਹੀਂ, ਇਹ ਟੀ ਸ਼ਰਟ ਨੇ, ਕਿੰਨੀਆਂ ਨੇ ਟੀ ਸ਼ਰਟਸ, ਫੁੱਲ ਬਾਜੂ ਵਾਲੀਆਂ ਲਈਆਂ ਨੇ, 6 ਪੇਅਰਸ, 6 ਪੇਅਰਸ ਮਤਲਬ 6 ਇਨ ਟੋਟਲ, ਹਾਂ 6 ਟੋਟਲ, ਓਕੇ। ਜੀਨਸ, ਜੀਨਸ ਕਿੰਨੀਆਂ ਨੇ, 3 4 5 ਜੀਨਸ ਐਂਡ 1 ਸਵੈਟ ਸ਼ਰਟ ਗਰਮ ਐਂਡ 2 ਹੁੱਡੀਸ, 1 ਜ਼ਿੱਪਰ ਕ੍ਰੌਪ ਐਂਡ 1 ਅਗੇਨ ਜ਼ਿੱਪਰ। ਜਿੱਦਾਂ ਮਾਸੀ ਨੇ ਉੱਥੇ ਕਿਹਾ ਕਿ ਇੰਨਾ ਕੁ ਸਮਾਨ ਹੀ ਚਾਹੀਦਾ ਵਾ ਕਿਉਂਕਿ ਇੱਥੋਂ ਦਾ ਉੱਧਰ ਨਹੀਂ ਚੱਲਦਾ ਹੈਗਾ ਸਰਦੀਆਂ ਵਾਲਾ ਇੰਨਾ ਜ਼ਿਆਦਾ। ਕੱਜਲ ਹੈ ਮੇਰਾ, ਇਹ ਕੱਜਲ ਹੈ, ਕੱਜਲ ਹੈ, ਇਹ ਤਾਂ ਕੱਜਲ, ਮੈਂ ਉਹ ਗੱਲ ਵੱਖਰੀ ਵੀ ਯੂਜ਼ ਕਰਦੀ ਰਹਿਣਾ ਹੈ ਉੱਥੇ ਵੀ, ਉਹੀ ਆ ਵੀ ਇਹ ਤਾਂ ਅਲੱਗ ਤੋਂ ਦਿਖਾਵਾਂਗੇ। ਬਿਊਟੀ ਪਾਰਲਰ ਕਿੰਨੀਆਂ, 5 ਲੋਅਰਸ, 5 ਲੋਅਰਸ ਮਤਲਬ ਗਰਮੀ ਵਾਲੀਆਂ, ਗਰਮੀ ਵਾਲੀਆਂ ਐਂਡ 3 ਟੌਪਸ ਹੀ ਲਏ ਨੇ, ਮੈਨੇ ਜ਼ਿਆਦਾ ਨਹੀਂ ਲਏ ਕਿਉਂਕਿ ਉੱਥੇ ਪੈਂਦੇ ਹਾਂ, ਤਿੰਨ ਟੌਪ ਪੰਜਾਬੀ ਚ, ਮੈਂ ਤਾਂ ਆਪਦੇ ਅਕੋਰਡਿੰਗ ਲਿਆ, ਬਾਕੀ ਦੇਖੀ ਆਪਦੀ ਰਿਕੁਆਇਰਮੈਂਟ, ਆਪਦੀ ਰਿਕੁਆਇਰਮੈਂਟ ਆ, ਪਰ ਜਿਹੜੀ ਜ਼ਰੂਰੀ ਚੀਜ਼ਾਂ ਨੇ 3 ਬੁਲੰਦੇ, ਇਹ ਆਲਿਵ ਆਇਲ ਆ ਯਾਰ, 3 ਹੀ ਮੈਨੇ ਬੁਲੰਦੇ ਲਏ, 3 ਇਹਨਾਂ ਨੇ ਬੁਲੰਦੇ, ਆਲਿਵ ਆਇਲ ਸਿਰ ਲਾਉਣ, ਸਿਰ ਤੇ ਲਾਉਣ ਖਾਤਰ, कुकिंग करने खातर भी हुंदा, सारे किते लई हुंदा, सिर ते भी ला सकदे आ, कुकिंग भी कर सकदे आ, ते कैप्स लई इन्हां ने 6, ते इक फॉर माय बेस्ट फ्रेंड प्रब, हां इक इहदे बेस्ट फ्रेंड लई खरीदियां ने, बेस्ट फ्रेंड प्रब लई, हां इह भी इहदी आ कैप, ते इह चुन्नी दुपट्टा, इह सूट भी है, दो सूट ने, सब सूट रेडी होने लई दित्ता, ते दो लए ने की, हां जग्गी सर ने कहा, इन दो आ केड़े ने की, इनर इनर थर्मल्स, थर्मल्स 2 पेयर, 2 पेयर्स ਸੌਕਸ ਕਿੰਨੇ ਲੈਣ, ਸਾਰੇ ਨੇ ਕਿਹਾ ਸੀ ਵੀ ਲੈ ਕੇ ਨਹੀਂ ਆਉਂ, ਇਹ ਲੈ ਕੇ ਨਹੀਂ, ਲੈ ਕੇ ਆਉਣ ਦੀ ਲੋੜ, ਮੈਂ ਅੱਜ ਠੰਡ ਜ਼ਿਆਦਾ ਫੀਲ ਕਰਦੀ ਹਾਂ, ਦੈਟਸ ਵਾਈ ਮੈਂ ਲੈ ਲਈ, ਰੱਬਾ ਹੈਗੇ ਨੇ ਸਹੀ ਸਭ, ਇਹ ਹੁਣੀ ਨਾ ਇੰਨੀ ਇੰਗਲਿਸ਼ ਜੀ ਕੋ ਕਹਿੰਦੇ ਨੇ ਅੰਗਰੇਜ਼ਾਂ ਜਾਂ ਵਾਂਗੂ ਬੋਲ, ਹੁਣ ਤਾਂ ਸਿੱਧੀ ਬੋਲ, ਬਹਿ ਯਾਰ ਤੁਹਾਨੂੰ ਦੱਸਦੀ ਨਾ, ਇਹ ਆਈਲੈਟਸ ਟ੍ਰੇਨਰ ਸੀਗੇ, ਇਹਨੇ ਆਈਲੈਟਸ ਵੀ ਸਿਖਾਇਆ ਬੋਬਰ, ਪਰ ਸਾਡੇ ਘਰਦਿਆਂ ਨੂੰ ਨਹੀਂ ਸਿਖਾਇਆ ਗਿਆ, ਦੁਗੜੇ ਨੌ ਜੋੜੇ ਜਰਾਬਾਂ ਦੇ, ਪੰਜਾਬੀ ਚ ਬੋਲ ਰਹੇ ਨੇ, ਆ ਦੋ ਦਸਤਾਨੇ ਵਾਲੇ, ਦੋ ਦਸਤਾਨੇ ਦੇ ਜੋੜੇ ਬਾਈ, ਗਲਵਸ ਦੇ, ਰੱਸੀ ਰੱਸੀ ਹੈਗੀ ਇਹ, ਰੱਸੀ ਦੇ, ਚਲ ਕੋਈ ਨਾ, ਇੱਕ ਹੈਗੇ ਅੰਬ੍ਰੇਲਾ, ਇੱਕ ਛਤਰੀ, ਪੰਜਾਬੀ ਪੰਜਾਬੀ, ਇਹ ਤਾਂ ਛੱਡ, ਇਹ ਕਾਸਮੈਟਿਕ ਦਾ, ਇਹ ਤਾਂ ਤੁਹਾਨੂੰ ਯਾਰ ਗਰਲਸ ਆਪੀ ਖਰੀਦ ਲਓ, ਠੀਕ ਆ, ਕੀ ਹਾਲ, ਅੱਜ ਮੈਂ ਤਾਂ ਇੱਕ ਮੋਟਾ ਮੋਟਾ ਜਿਹਾ ਦੱਸ ਰਿਹਾ, ਠੀਕ ਹੈ,
ਕੀ ਹੁੰਦੇ ਫੇਸ ਕਰੀਮ ਆ, ਓਇਲ ਹੈ, ਸਾਬਣ ਹੈ, ਪੰਜਾਬੀ ਚ ਸੋਪ ਹੈ, ਟੂਥਬਰੱਸ਼ ਨੇ, ਠੀਕ ਹੈ, ਫੇਸ ਕਰੀਮ ਅਤੇ ਬਾਕੀ ਆ ਲਟਰ ਬਟਨ ਕਲਚਰ ਕਲਚਰ ਸਕ੍ਰਬਰ ਸਕਰੂਬਰ ਇਹਦੇ ਵਿੱਚ ਸਾਰਾ ਕੁਛ ਔਰ ਖੜਦੇ ਨੀ ਹੁਣ ਆਹ ਭਾਂਡੇ ਦਿਖਾਉਣੇ ਆ ਇਹਨੇ ਜਾ ਕੇ ਦੇਖ ਆ ਇਹਨੇ ਲਵਾ ਤੇ ਇਹਨੇ ਪੈਸੇ ਭਾਂਡੇ ਦੇ ਇਹਨੇ ਲਵਾਉਣਾ ਉੱਥੇ ਜਾ ਕੇ ਟਿਫਨ ਕਿਉਂਕਿ ਉੱਥੇ ਮੇਰੀ ਮਾਸੀ ਵੀ ਟਿਫਨ ਲਵਾਉਂਦੀ ਆ ਫਿਰ ਆਬਵੀਅਸਲੀ ਮੈਂ ਇਕੱਲੀ ਕੁਕਿੰਗ ਕਰੂੰਗੀ ਹਾਂ ਟਿਫਨ ਇਹ ਰੱਖਿਆ ਤੇ ਇਹਦੇ ਵਿੱਚ ਕੀ ਲਿਆ ਤੁਸੀਂ ਇੱਕ ਤਾਂ ਲਿਆਗਾ ਕੁੱਕਰ ਦੋ ਕੌਲੀਆਂ ਕੜਛੀਆਂ ਚਮਚੇ ਆਪਣੇ ਫੌਕਸ ਨੇ ਇੱਕ ਆਹ ਬਸ ਇੱਕ ਹੈਗਾ ਆਹ ਲੂਣਦਾਨੀ ਹੈ ਆਹ ਬੋਟਲ ਵਾਟਰ ਬੋਟਲ ਇਹ ਜ਼ਰੂਰੀ ਹੈ ਯਾਰ ਸਭ ਤੋਂ ਇਹ ਲਿਜਾਣੀ ਮਤਲਬ ਕਿ ਖੋੜ ਤੇ ਕੋਲਡ ਵਾਲੀ ਇਹ ਲਿਜਾਣੀ ਜ਼ਰੂਰੀ ਹੈ ਆਹ ਚਾਹ ਲਈ ਇੱਕ ਦੋ ਜਣੇ ਲਈ ਉਹ ਫਰਾਈ ਪੈਨ ਤੇ ਹੁਣ ਦੋ ਜਣੇ ਇਹ ਸ਼ੂਜ਼ ਦਿਖਾਉਣਾ ਤੁਹਾਨੂੰ ਇੱਕ ਤਾਂ ਪੇਰੇ ਉਰੇ ਪਾ ਕੇ ਜਾਊਗੀ ਇਹਨੇ ਦੋ ਪੇਅਰ ਤਾਂ ਲੈਣੇ ਚੱਪਲ ਦੇਣਾ ਚੱਪਲਾਂ ਕਿੰਨੇ ਦੋ ਹੀ ਨੇ ਹਾਂ ਥ੍ਰੀ ਪੇਅਰਸ ਨੇ ਇੱਕ ਤਾਂ ਉਹ ਗਰਮ ਨਹੀਂ ਆ ਬਾਕੀ ਦੋ ਨੇ ਅਤੇ ਸ਼ੂਜ਼ ਲੈ ਇਹਨਾਂ ਨੇ ਇੱਕ ਵਨ ਟੂ ਥ੍ਰੀ ਟੂ ਸਨਿਕਰਸ ਨਾ ਟੂ ਸਨਿਕਰਸ ਟੂ ਸਪੋਰਟਸ ਨੇ ਨਾ ਥ੍ਰੀ ਸਪੋਰਟਸ ਨੇ ਠੀਕ ਹੈ ਦੋ ਸਨਿਕਰਸ ਲਏ ਨੇ ਅਤੇ ਦੋ ਦਾ ਵਾਈਟ ਕਲਰ ਦੇ ਨੇ ਇੱਕ ਮਲਟੀ ਕਲਰ ਦਾ ਅਤੇ ਇੱਕ ਬਲੈਕ ਕਲਰ ਦਾ ਇੱਕ ਆਪਦੀ ਪਸੰਦ ਦੇ ਨੇ ਗਲਾਸ ਲਏ ਤਾਂਬੇ ਦੇ ਯਾਰ ਕੋਪਰ ਕੋਪਰ ਦੇ ਲਿਖਿਆ ਵੀ ਹੋਊਗਾ ਦੇਖੋ ਇਹ ਹੈਗਾ ਇਹ ਵੈਸੇ ਲਿਆ ਕੋਪਰ ਵੇਸਟ ਇਹਨੂੰ ਆਪਦੀ ਪਸੰਦ ਨਹੀਂ ਪਤਾ ਵੀ ਕੋਪਰ ਲਿਆ ਕਾਹਦਾ ਲਿਆ ਕਾਹਦੇ ਲਈ ਗੁਣਕਾਰੀ ਹੁੰਦਾ ਇਹ ਪਾਣੀ ਲਈ ਬਾਕੀ ਤੁਹਾਨੂੰ ਪਤਾ ਵੀ ਆਹ ਬੈਗਸ ਹੁੰਦੇ ਨੇ ਟੂ ਸੀਗਾ ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਇਹੀ ਲੈ ਕੇ ਜਾਣਾ ਅਤੇ ਇੱਕ ਓਏ ਲਟੇਰੀ ਨਾ ਪਵਾਲੀ ਆਹ ਪਿੱਛੋਂ ਦਿੱਲੀ ਲੈ ਦੇਖਾਂ ਕਿਹੋ ਜਿਹੀ ਹੈ ਘੈਂਟ ਦੇਖਾਂ ਲੈ ਤੇਰੇ ਹਾਂ ਇਹ ਬਾਈ ਇਹਦੀ ਦਾਦੀ ਕੀ ਮੇਰੀ ਭੂਆ ਲੱਗਦੀ ਹੈ ਜਿਹੜੀ ਤੇਰੀ ਕੀ ਲੱਗਦੀ ਹੈ ਇਹਦੀ ਦਾਦੀ ਲੱਗੀ ਅਤੇ ਮੇਰੀ ਭੂਆ ਲੱਗੀ ਇਹਦੀ ਦਾਦੀ ਲੱਗੀ ਦੇਖੋ ਇਹ ਨਿਸ਼ਾਨੀ ਆ ਮਤਲਬ ਕਿ ਕਿੰਨੇ ਕੁ ਸਾਲ ਪੁਰਾਣੀ ਹੋਏ ਘੱਟੋ ਘੱਟ ਹੋਊਗੀ ਇਹ ਮਤਲਬ ਉਹਨਾਂ ਦੀ ਜਵਾਨੀ ਵੇਲੇ ਨਹੀਂ 40 ਤੋਂ ਪਲੱਸ ਹੀ ਹੋਊ ਹਾਂ 45 ਸਾਲ ਪੁਰਾਣੀ ਆ ਦੇਖੋ ਹਜੇ ਵੀ ਡਿਜ਼ਾਇਨ ਦੇਖੋ ਅੱਜ ਵੀ ਇਹ ਫੇਮਸ ਆ ਫੇਮਸ ਕੀ ਆ ਇਹੋ ਜਿਹਾ ਕੋਈ ਡਿਜ਼ਾਇਨ ਬਣੀ ਨਹੀਂ ਹੁਣ ਦੇਖੋ ਨਾਲੇ ਕੁਆਲਿਟੀ ਆ ਚੀਜ਼ ਦੀ ਇਹ ਸਿਰਫ ਆਪਣੇ ਵਾਸ਼ ਕਰਾਈਏ ਵਾਸ਼ ਕਰਾਈਏ ਨਾਲੇ ਕੁਆਲਿਟੀ ਆ ਅਤੇ ਹੁਣ ਯਾਰ ਅਸੀਂ ਹੁਣ ਬੈਗ ਦੀਆਂ ਪੈਕਿੰਗ ਕਰਨੀਆਂ ਸਟਾਰਟ ਕਰਦੇ ਹਾਂ ਠੀਕ ਹੈ ਵੀ ਉਹਦੇ ਪਾਉਣੇ ਸਟਾਰਟ ਕਰਦੇ ਅਤੇ ਇੱਕ ਤੁਹਾਨੂੰ ਪਤਾ ਹੀ ਆ ਵੀ ਇਹਨੇ ਕੀ ਲਿਆ ਰਜਾਈ ਲਈ ਹੈ ਨਾ ਇੱਕ ਰਜਾਈ ਲਈ ਆ ਦੋ ਬੈੱਡ ਸ਼ੀਟਸ ਲਈਆਂ ਨੇ ਇੱਕ ਗਰਮ ਵਾਲੀ ਇੱਕ ਠੰਡੀ ਵਾਲੀ ਟੂ ਟੋਵਲ ਠੀਕ ਹੈ ਇੱਕ ਮਹਿੰਦੀਆਂ ਲਈਆਂ ਇੱਕ ਨਹੀਂ ਇੱਕ ਆਹ ਚੱਕੀ ਹੁੰਦੀ ਦੇਖ ਆਹ ਵੀ ਬਿੰਦੀਆਂ ਬਿੰਦੀ ਬਿੰਦੀਆਂ ਭਰ ਲਈਆਂ ਇੱਕ ਜਿਹੜਾ ਲੰਚ ਬਾਕਸ ਰਹਿ ਗਿਆ ਸੀ ਇਹ ਮੇਨ ਚੀਜ਼ ਇੱਕ ਬੈਗ ਲੈ ਕੇ ਜ਼ਰੂਰ ਜਾਇਆ ਯਾਰ ਕਿਉਂਕਿ ਕਾਲਜ ਕੂਲਜ ਵਗੈਰਾ ਵਗੈਰਾ ਇਹੋ ਜਿਹਾ ਬੈਗ ਕੋਈ ਵੀ ਦੇਖ ਇੱਕ ਤਾਂ ਆਪਣਾ ਲੈਪਟੋਪ ਬੈਗ ਹੁੰਦਾ ਲੈਪਟੋਪ ਬਗੈਰ ਤੋਂ ਆਪਾਂ ਇੱਕ ਇਹੋ ਜਿਹਾ ਸਕਾਈ ਬੈਗ ਆ ਯਾਰ ਓਲਡ ਫੈਸ਼ਨ ਥੋੜੀ ਯਾਰ ਸਟਾਈਲ ਨਹੀਂ ਚਲੋ ਪਤਾ ਆ ਫੜੀ ਆ ਫੜ ਚੈਨ ਫੜ ਹਾਂ ਚਲੋ ਕੋਈ ਗੱਲ ਨਹੀਂ ਉੱਥੇ ਬਰਤਨਾ ਵੀ ਇਹ ਵੀ ਜ਼ਰੂਰ ਲੈ ਜਾ ਕਰੋ ਅਤੇ ਬਾਕੀ ਗਰਲਸ ਤੁਹਾਨੂੰ ਪਤਾ ਹੀ ਆ ਤੁਸੀਂ ਆਪਣਾ ਸਮਾਨ ਬਾਕੀ ਲੈ ਕੇ ਜਾਣਾ ਲੈ ਜਾ ਕਰੋ ਜਿਹੜਾ ਲੈ ਕੇ ਜਾਣਾ ਉਹ ਆਪਾਂ ਬੋਲ ਨਹੀਂ ਸਕਦੇ ਤੁਹਾਨੂੰ ਪਤਾ ਹੀ ਆ ਬਲੌਗ ਦੇ ਵਿੱਚ ਤਿੰਨ ਚਾਰ ਪੇਅਰ ਹੁੰਦੇ ਨੇ ਲੈ ਜਾਓ ਕਿੰਨੇ ਤਿੰਨ ਚਾਰ ਪੇਅਰ ਹਾਂ ਬਾਕੀ ਵੇਟ ਦੇ ਬਾਕੀ ਹੁਣ ਇੱਕ ਜ਼ਰੂਰੀ ਹੈ ਗਾਲਾਂ ਕਿਵੇਂ ਕੱਢ ਦੇਣਗੇ ਆਪਾਂ ਕਿਹੜਾ ਕੋਈ ਗਲਤ ਚੀਜ਼ ਪਾਈ ਹੈ ਨਾ ਲੋੜ ਹੀ ਨਹੀਂ ਆਪਾਂ ਰਿਮੂਵ ਕਰ ਦਾਂਗੇ ਜਿਹੜਾ ਕਮੈਂਟ ਗਲਤ ਕਰੂਗਾ ਆਪਣੇ ਅਗਲੇ ਦੇ ਘਰੇ ਕੀਤੀਆਂ ਪੈਣਾ ਨਹੀਂ ਹੈਗੀਆਂ ਇਹ ਕਹਿੰਦੀ ਲੈ ਕੇ ਜਾਣੀ ਹੈ ਰੁਕਾ ਯਾਰ ਯਾਰ ਤੁਹਾਨੂੰ ਸਹੀ ਗੱਲ ਸੁਣਾ ਟੋਟਲ ਆਫ ਵੇਸਟ ਇਹ ਜਿਹੜੇ ਭਾਂਡੇ ਨੇ ਖਾਣਾ ਦਾ ਕੁਛ ਨਾ ਬਣਾਉਣਾ ਇੱਕ ਮਿੰਟ ਹੁਣ ਇਹਦੀ ਪਿੱਕ ਕਰ ਲਈ ਉਹ ਖੜ ਜਾਓ ਸਮਾਨ ਦੀ ਬਕਵਾਸ ਇਹ ਬਕਵਾਸ ਹੀ ਚੱਲਦੀ ਆ ਉਹ ਖੜੀ ਹੋ ਖੜੀ ਹੋ ਤਰ ਸੱਟ ਨਾ ਗੋਲੀ ਤੂੰ ਖੜੀ ਹੋ ਬੈਗ ਪੈਕ ਕਰਤੇ ਇਹ ਗਈ ਥੱਕ ਅਤੇ ਹੁਣ ਅਸੀਂ ਵੀ ਬਲੌਗ ਬੰਦ ਕਰ ਰਹੇ ਹਾਂ ਸੋ ਕੱਲ੍ਹ ਨੂੰ ਸਵੇਰੇ ਦੇਖਾਂਗੇ ਵਿੱਚ ਹੋਰ ਪਾਉਣ ਵਾਲੀ ਚੀਜ਼ ਹੈ ਕੱਢਣ ਵਾਲੀ ਕਿਉਂਕਿ ਛੂਟ ਦੋ ਦਿਨ ਉਹਨਾਂ ਨੇ ਫੇਰ ਗੱਲ ਦੇਖਾਂਗੇ ਅਗਲੇ ਬਲੌਗ 'ਚ